ਵਿੱਚ ਵੀ ਮਜਲਿਸੇ ਹੁਸੈਨ ਨਾ ਛੋੜਨਾ। ਇਸ ਦੀ ਵਜ੍ਹਾ ਸਾਦਿਕ ਆਲੇ ਮੁਹੰਮਦ ਸਰਕਾਰ ਦਸਾਈਏ ਮੌਲਾ ਫਰਮਾਇੰਦੇ ਮੰਮਾ ਤਵੱਜੋ ਹੈ ਨਾ ਮੇਰੇ ਪਾਸੇ ਕੀ ਬਲਾ ਮੈਂ ਇਹ ਚੰਦ ਮਿੰਟ 'ਚ ਮੁਕੰਮਲ ਮਜਲਿਸ ਪੜ੍ਹਨਾ ਚਾਹੁੰਦਾ। ਅਗਰ ਸਾਰਿਆਂ ਦਾ ਦਿਲ ਹੈ ਤਾਂ ਚਲੋ ਇੱਕ ਦਫ਼ਾ ਹੱਥ ਬੁਲੰਦ ਕਰਕੇ ਹਾਇਦਰੀ ਯਾ ਅਲੀ ਯਾ ਅਲੀ ਯਾ ਅਲੀ ਸਲਾਮਤ ਰਹੋ ਜ਼ਿੰਦਗੀ ਦਰਾਜ਼ ਹੋਵੇ ਤੁਸਾਂ ਸਲਾਮਤ ਰਹੋ। ਹੁਣ ਹੈਦਰੀ ਸਾਹਿਬ ਮਾਬ ਟਾਈਮ ਦੇ ਮੁਤਾਬਿਕ ਮਜਲਿਸ ਪੜ ਇੱਕ ਸਲਵਾਤ ਪੜੋ ਆਲੇ ਮੁਹੰਮਦ ਦੀ ਜ਼ਾਤ ਤੇ ਮਿਲ ਸਾਦਿਕ ਆਲੇ ਮੁਹੰਮਦ ਫਰਮਾਇੰਦੇ ਨੇ ਮਮ ਬਕਾ ਲਲ ਹੁਸੈਨ ਆਓ ਅਬਕਾ ਆਓ ਤਬਾਕਾ ਫਿਲ ਮਸਾਇਬਿਲ ਜੱਦਿਲ ਹੁਸੈਨ ਵਾਜਿਬਤੁਲ ਜੰਨਾ ਅਲੀ ਅਲੀ ਜਵਾਨੀ ਮਾਣ ਅਲੀ ਅਲੀ ਸਲਾਮਤ ਰਹੋ ਜ਼ਿੰਦਗੀ ਦਰਾਜ਼ ਹੋਵੇ। ਛੇਵਾਂ ਲਾਲ ਵਿਲਾਇਆ ਦਾਦੇ ਗਮੇ ਹੁਸੈਨ ਚ ਰੋਵੋ ਰੁਆਓ ਯਾ ਰੋਵਣ ਵਾਲੀ ਸ਼ਕਲ ਬਣਾਓ ਯਾਨੀ ਰੋਵਣ ਨਾ ਆਉਂਦਾ ਹੋਵੇ ਇਵੇਂ ਹਾਲ ਆਲ ਗੱਤੀ ਬੈਠੋ ਹੋਵੇ ਹੈਦਰੀ ਸਾਹਿਬ ਉਸ ਨੂੰ ਆਧਨ ਬਨਾਵਟ ਬਣਾਈ ਬੈਠੇ ਯਾਨੀ ਆਂਸੂ ਨਹੀਂ ਹੈਨ ਬਨਾਵਟ ਬਣਾ ਰਹੇ ਜਿਸ ਦੀ ਬਨਾਵਟ ਦਾ ਅਜਰ ਅੱਲਾ ਜੰਨਤ ਬਣਾਈਏ ਉਸ ਦੀ ਅਸਲ ਦੀ ਕੀਮਤ ਕਿਆ ਹੈ ਸਲਾਮਤ ਰਹੋ ਜ਼ਿੰਦਗੀ ਦਰਾਜ਼ ਹੋਵੇ ਯਾਨੀ ਹਰ ਇਬਾਦਤ ਨੂੰ ਰਿਆ ਖਾ ਜਾਂਦੀ ਹੈ ਨਮਾਜ਼ ਪੜ੍ਹ ਰਿਹਾ ਕਰ ਨਮਾਜ਼ ਬਰਬਾਦ ਸਜ਼ਾ ਨਾਲ ਮਿਲਦੀ ਹੈ ਅਗਰ ਰੋਜ਼ਾ ਰੱਖੇ ਲੋਕ ਤੇ ਕੁਦਾਦ ਦੇਵੇਂ ਰਿਆ ਨਾਲ ਬਰਬਾਦ ਹੋ ਗਏ ਸਜ਼ਾ ਨਾਲ ਮਿਲਦੀ ਹੈ ਖੁਦਾ ਜਾਣੇ ਹੁਸੈਨ ਦੀ ਕਰਨੀ ਕਿਆ ਹੈ ਕਿਬਲ ਯਾਨੀ ਤੌਹੀਦ ਓ ਨਬੂਅਤ ਓ ਰਿਸਾਲਤ ਓ ਇਮਾਮਤ ਓ ਕੁਰਾਨ ਓ ਇਸਲਾਮ ਓ ਇਨ੍ਹਾਂ ਦੀ ਬਕਾ ਦਾ ਹੁਸੈਨ ਨੇ ਐਸਾ ਬੰਦ ਬੰਦੇ ਕਿ ਜਿਸ ਦੇ ਗਮ ਵਿੱਚ ਬਨਾਵਟ ਬਣਾਵਣ ਦੀ ਕੀਮਤ ਵੀ ਅੱਲਾ ਜੰਨਤ ਬਣਾਈ ਹੈ ਅਲੀ ਸਲਾਮਤ ਰਹੋ ਜ਼ਿੰਦਗੀ ਦਰਾਜ਼ ਤੁਸਾਂ ਸਲਾਮਤ ਰਹੋ ਕਿਬਲਾ ਤੋ ਕਿਬਲਾ ਬਾਨੀ ਦੀ ਹੈਸੀਅਤ 'ਚ ਹਾਜ਼ਰੀ ਕੋਈ ਜ਼ਿਆਦਾ ਲੰਬੀ ਮਜਲਿਸ ਨਹੀਂ ਪੜ੍ਹਨੀ ਅਹਿਮਦ ਬਿਨ ਮੁਹੰਮਦ ਮੁਕੱਦਸ ਅਰਦਬੇਲੀ ਨਾਮ ਅਹਿਮਦ ਹੈ ਮੁਹੰਮਦ ਦਾ ਬੇਟੇ ਅਰਦਬੇਲ ਦੇ ਰਹਿਣ ਵਾਲੇ ਨਜਫ ਦੇ ਵਾਲੀ ਲਕਬ ਦਿੱਤੇ ਮੁਕੱਦਸ ਇਸ ਦੀ ਕਿਤਾਬ ਹੈ ਹਦੀਕਤ ਓ ਸ਼ੀਆ ਇਹ ਆਪਣੀ ਕਿਤਾਬ ਵਿੱਚ ਲਿਖਦੇ 10,000 ਦੀ ਭੀੜ ਦਰਮਿਆਨ ਵਿੱਚ ਡਾਚੀ ਮਿੰਬਰ ਏ ਕੂਫਾ ਤੇ ਅਲੀ ਬੈਠੇ ਇਸ ਡਾਚੀ ਤੇ ਇੱਕ ਸੰਦੂਕ ਲੱਦੀ ਹੋਈ ਏ ਉੱਤੇ ਇੱਕ ਸ਼ਰੀਫ ਆਦਮੀ ਬੈਠੇ ਆਦੇ ਕਿੱਥੇ ਗਾਇਬ ਦੀਆਂ ਖਬਰਾਂ ਦੇਵਣ ਵਾਲਾ ਕਿੱਥੇ ਅੱਲਾਹ ਦੀ ਮਖਲੂਕ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਵਣ ਵਾਲਾ ਅਲੀ ਸਲਾਮਤ ਰਹੋ ਜ਼ਿੰਦਗੀ ਦਰਾਜ਼ ਹੋਵੇ ਕਿੱਥੇ ਮੁਸ਼ਕਲ ਕੁਸ਼ਾਈਆਂ ਕਰਨ ਵਾਲਾ ਤੁਹਾਡੇ 'ਚ ਅਲੀ ਕੌਣ ਏ ਅਲੀ ਆਦੇ ਫੁਲਾਣਾ ਮੈਡੋ ਡੇਖ ਮੈਂ ਅਲੀ ਆ ਈ ਲੱਦੀ ਹੋਈ ਸੰਦੂਕ ਤੋਂ ਜੰਪ ਲਾਇਆ ਆਬਾਦਰੋ ਜੈਨੂੰ ਇਸ ਧੋਪੇ 'ਚ ਹੀ ਸਰਦੀ ਲੱਗੀ ਬੈਠੀ ਹੈ ਚਲੋ ਹੱਥ ਲੁਕਾਈ ਰੱਖੇ ਬਾਕੀ ਹੱਥ ਬੁਲੰਦ ਕਰੋ ਹੈਦਰੀ ਅਲੀ ਜਵਾਨੀਆਂ ਮਾਣੋ ਜ਼ਿੰਦਗੀ ਦਰਾਜ਼ ਹੋਵੇ ਫਰਮਾਏ ਕਿੱਥੇ ਗਾਇਬ ਦੀਆਂ ਖਬਰਾਂ ਦੇਵਣ ਵਾਲਾ ਕਿੱਥੇ ਅੱਲਾਹ ਦੀ ਮਖਲੂਕ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਵਣ ਵਾਲਾ ਅਲੀ ਆਦੇ ਫੁਲਾਣਾ ਮੈਡੋ ਡੇਖ ਮੈਂ ਅਲੀ ਆ ਈ ਲੱਦੀ ਹੋਈ ਸੰਦੂਕ ਤੋਂ ਜੰਪ ਲਾਇਆ ਬੇਤਰਤੀਬੀ ਨਾਲ ਸਫ਼ਾ ਬੂਰ ਕਰਦਾ ਹੋਇਆ ਮਿੰਬਰ ਏ ਕੂਫਾ ਦੇ ਸਾਹਮਣੇ ਆਇਆ ਹੱਥ ਬੰਨ ਕੇ ਆਦੇ ਯਾ ਅਲੀ ਮੈਂ ਕਬੀਲਾ ਹਕੀਮਾਂ ਦਾ ਸਰਦਾਰ ਹਾਂ 6,000 ਦੀ ਸਾਡੀ ਆਬਾਦੀ ਆ 6ਵਾਂ ਦੀਏ ਸਾਡੇ ਬਾਦਸ਼ਾਹ ਦਾ ਪੁੱਤਰ ਕਤਲ ਹੋ ਗਏ ਸ਼ੱਕ ਪੈ ਗਏ ਕਿ ਕੌਮ ਦੇ ਬੰਦੇ ਕਤਲ ਕੀਤੇ ਇਹ ਆਦੇ 6,000 ਤਲਵਾਰਾਂ ਨੇ ਆਮ ਵਿੱਚੋਂ ਬਹਿਰ ਆ ਗਈਆਂ ਕਤਲ ਆਮ ਸ਼ੁਰੂ ਹੋ ਗਏ ਮੈਂ ਕੁਰਾਨ ਲੈ ਗਈਆਂ ਮੈਂ ਆਖੇ ਬੇਵਾਰਿਸ ਨਹੀਂ ਸੇ ਬੇਜੁਰਮ ਕਤਲ ਆਮ ਨਾ ਕਰੋ ਮੈਂ ਕੁ ਸਵਾਰੀ ਦਿਓ ਟਾਈਮ ਦਿਓ 5 ਮੀਲ ਤੇ ਅਲੀ ਬੈਠੇ ਵਾ ਮਾ ਕਾਨਾ ਵਾ ਮਾ ਯਾਕੂਨ ਦੇ ਅਲੂਮ ਦਾ ਵਾਰਿਸ ਹੈ
میں یا علی یا علی یا علی یا علی و ما کانا و ما یا علی یا علی جوانی مانے ملنگ زندگی دراز ہووی و ما کانا و ما یاکون دے علوم دا وارث ہے میں وارث انبیاء کنے پوچھاں دا ایندا قاتل کون ہے سلامت رہو زندگی درا او بسم اللہ میرے بعد مولا دا شہباز ذاکر اور میرا بڑا بھائی او تشریف لایا ان چار جملے پڑھ کے منبر بھائی دے حوالے کرداں فرمائے میں وارث انبیاء کنے پوچھا نائیں دا قاتل کون ہے ہن قبلہ علی مرتضی کوئی استخارہ کرنا ہا یا کوئی انٹیلیجنس بھیجنا ہا علی آدے سکا چاچا ساد قاتلے ہاتھ بن کے آدے مالک کیوں مارے سا چاندہ ہا اپنی بیٹی دا رشتہ دے ماں اس دا سرداری نظام ہا انکار کیتے سا راتی ستے پیدا سر کٹے سا گھوڑے دے توبرے سر پائے سا ساری رات گھوڑا دوڑائے صبح بہرے سرخے توبرے سمے سر سٹے سا ویل مچھلی پھر دی پئی آؤں سر نو نگلے چا اچھے ماں دیئے مصر دا سفر کر دیوئی مصر دے دلا ہوں بہرے نوچ مچھلی داخل پیوں دیئے میں ممبر کوفہ تے اولے لامر علی ویدہ بیٹھا مچھلی دی شکم گاریے چھ مقتول دا سار محفوظ ہے یا علی یا علی یا علی یا علی جوانی امہ یا علی یا علی سلامت رہو زندگی دراز ہوئے میں منبر کوفہ تے اولے لامر علی ویدہ بیٹھا مچھلی دی شکم گاریے جو مقتول دا سار محفوظ ہے ہاتھ بان کیا دے صدقتا یا امیر المومنین مولا سچ پہ فرمائن دیو میں لگا جا وہاں مگر قتل عام نہیں رکدا تلواراں نیام اچ نہیں آن دیاں علی آدے تے قاتل دا نا پوچھے میں دس دیتے ہون تلواراں کیوں نہیں رک دیاں آدے مالک لاش صندوق اچ پا کے گھن آیا اسنو زندہ چا کرو ونج کے اپنے قاتل دا نام خود چد سے تواڈے علم اچ کوئی گھاٹا ہے اے ہائے 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 یا علی یا علی یا علی مردہ بار یا علی یا علی یا علی خان صاحب زندگی دراز ہوئے تساں سلامت رہو مالک اسنو زندہ چا کرو ون کے اپنے قاتل دا نام مقتول خود چا دسے تو آڈے علم اچ کوئی کمی ہے علی آدے کمبر کوفے منا دی کرا 3000 سال بعد جائیں موجزہ بنی اسرائیل دی تجدید ویکھنیے فخر موسیٰ دے مسجد آ جاوے جڑے بندے نو لفظاں دی سمجھ آوے یا 3000 سال بعد معجزہ بنی اسرائیل دی جس تجدید ویکھنی ہے فخر موسیٰ دے مسجد آ جاوے قبلہ اعلان ہو گیا منا دی ہو گئی لوگ کٹھے ہو گئے ایویں حیران ہو کے علی نو ویکھن بیٹھے جیویں تو سمجھنو ویدے بیٹھے بھائی دمی نہ یا علی یا علی یا علی سلامت رو زندگی دراز ہوئے جو دھمی نالے لے رجبانہ مردے زندہ کھڑے کریں دے قبلہ میرا کام نہیں حلال مشکلات علی مرتضی دے معجزات ہے قبلہ منبر کوفہ تو علی لتھے ایک منٹ میں ہور پڑھنے علی مولا 2 رکعت نماز پڑھی کمبر بھجدوئے قریب آئے ہاتھ بان کے آدھے یا علی نماز دا وقت نہیں اے 2 رکعتاں کہیاں پڑھیاں نہیں علی آدھے کمبر اللہ دی توحید بچا وندہ علی کنے طریقہ ہی ہوئے کہا ہے یا علی یا علی یا علی یا علی سلامت رہو زندگی دراز ہوئے اللہ دی توحید بچا وندہ علی کنے طریقہ یو ہک ہے علی فرمائے کمبر لاش لہا کوفے دی زمین تے لٹا قبلہ لاش لہائی علی مولا نے سمندر آلے پاسے مو کیتا علی آدے او ویل مچھری سمندر دی جس تاہج مجودیں اولے لامر علی یادر دیں دے مقتول دا سار واپس کا اے ہائے 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 ہائے
جوانی مانے زندگی دراز ہوئے سمندر دی جس تاہچ مجودیں اولی لامر علی یا ڈر دیں دے سر واپس کر سر واپس ملے علی یا دے کمبر نال جوڑ کمبر نے نال جوڑے علی مولا نے ید اللہ ہی ہاتھ چایا جیڑے جاگ دے بیٹھے ہو اللہ والا ہاتھ چایا فرمائی یا مدرکا بن ہنزلا کم بیزن اللہ مدرکا اس دا نائم ہنزلا اس دے پیو دا نائم کم بیزن اللہ علی ہاتھ جو مارے کلمہ بھردا اچھی کھڑے اے علی آئیں نہیں بھائی جڑے دھوکتے بیٹھے ہو حیدری یا علی سلامت رہو زندگی دراز ہوئے کلمہ بھردہ اٹھی کھڑے علی ان مرتضی دے سامنے آئے ہاتھ بان کے آدھے یا علی حکمہ علی آدھے ونج قوم برباد ہون دیئے قاتل دا نام دا سا ایویں ستارہ قدم چلے واپس والا ہے ہاتھ بان کے آدھے یا علی میری زندگی گواہی تک ہے مالک میں گواہی تک جیونے علی یادیں انہاں منگے آئی ہو کچھے توں کچھ زیادہ مگ دیں تا مانگا آج علی چھا چھا جائے یہ تھے جناب